सलमा हाँ देख गुन्नु तो ढेर सारा टाइम हो गया चल घर चली गए हला कोई नहीं टाइम हो तो पिया हूँ झूठे तो ले लिए झूठे ढेर सारे ले लेते पता घर का काम करना है कौन दा रासी घर का काम क्या करना काम तू तो मैंने पहले दस सी करना है कर नहीं सा घर का काम भी हो जाता है तू परेशान ना हो अला मैं केड़ी लंगी रहो झूठे तेरी भी बेस्ती होनी है हाँ वैसे जाई तू पीस तो बैठी है टोटी बैठी है तेरी भी टूट सी और आवे ना तू ही मेरी गल सुन तुहानू कोई तमीज नहीं रह गई है मैं तुहानू समझा समझा के थक गई हां तुसी घर टेक के बह सकदी हो हां ए कोई जमाना है बाहर निकलण दा घर दे काम काज कर लिया करो ए पीन ते झूठे लेवण दा कोई टाइम है सही तू एत्थे की करण आई है कोई तमीज नाल बोला का मैं तुहाडी वड्डी भैण हां जदों भी बोलदे बेहुदा ही बोलदे हो ए कोई जमाना रह गया है तुसी हुण कोई निक्की नहीं हो वड्डी सारी हो कोई तमीज कीता करो घर टेक के बह जाया करो चलो तुसी मेरे आगे लगो घर चलो नहीं जाना सी पीक ते झूठे लेने नो आप ही हुण तो सी आई है हुण सान झूठे लेन दियो ना शराफत नाल ना घर चल दियो या मैं कुछ और करा अच्छा अब दंद काटियो अच्छा जान ना चल आगे गुड्डू गल सुन मेरी छोरी हो गई हुण त्रेई जवान ते दो दी ते चलो शादी कर दे कर दे सा हले टाइम ते आवण दे ओ कदन टाइम मासी गुड्डू कदन टाइम मासी मैं ते तेरी कोई समझ ही नहीं आंदी पई ओ दिया ने दिया मां प्यो दे घर च खुश जितना रह लैण गियां रह लैण बुढ़िया ते नहीं हुंदियां पईयां गुड्डू ए एक फर्ज है पिया ए अदा करना चाहिदा है कर लांगे कर लांगे नहीं आंदियां पईयां पता नहीं जदा बुढ़िया हो गई ना तिनां दे घर रिश्ता ही कोई नहीं लवणे आ जाणगे रिश्ते भी तेनू हर वेले फिकर ही प्यार रहंदा बस तियां एक होर गल है ਮੇਰੀਆਂ ਭੈਣਾਂ ਨੇ ਪਈ ਉਹਨਾਂ ਦੇ ਛੂਰ ਜਵਾਨ ਨੇ ਤੂੰ ਦਾਈ ਦੋਵੇਂ ਦੇ ਛੁੜੇ ਨੇ ਵੇਖੇ ਨੇ ਮੈਂ ਛੋਰ ਉਹਨਾਂ ਦੇ ਜਵਾਨ ਉਹਦੇ ਨਹੀਂ ਕਰਦਾ ਮੈਂ ਕਿਉਂ ਨਹੀਂ ਕਰਨਾ ਮੇਰੀਆਂ ਭੈਣਾਂ ਨੇ ਪਈਆਂ ਸਕੀਆਂ ਖੁਸ਼ ਰਸਨ ਛੋਰੀ ਉਦੇ ਨਹੀਂ ਨਹੀਂ ਉਹਦੇ ਨਹੀਂ ਕਰਨਾ ਮੈਂ ਵੇਖਾਂਗਾ ਆਪ ਕਿੱਥੇ ਰਿਸ਼ਤਾ ਕਰਾਨਾ ਉਹਨਾਂ ਦਾ ਹਾਂ ਭਾਈ ਤੂੰ ਵੇਖ ਹੀ ਰੱਖਣਾ ਪਤਾ ਕਦਣ ਵੇਖਦੇ ਹੋ ਕਿਹੜਾ ਦੇ ਨੋਸੀ ਤੇ ਜਦੋਂ ਤੂੰ ਵੇਖ ਆ ਦੇਖ ਓਏ ਉਹਨਾਂ ਦੇ ਹੱਸਣ ਖੇਡਣ ਦੇ ਦਿਨ ਨੇ ਤੂੰ ਕਹਿੰਦੀ ਰਹਿੰਦੀ ਹੈ ਇਹਨਾਂ ਨੂੰ ਸ਼ਾਦੀ ਕਰ ਇਹਨਾਂ ਦੀ ਕੀ ਹੋਇਆ ਦੀ ਅੱਬੂ ਜੀ ਤੁਸੀਂ ਵੀ ਕੁਝ ਨਾ ਇਹਨਾਂ ਨੂੰ ਸਮਝਾ ਲਿਆ ਕਰੋ ਹੁਣ ਇਹ ਵੱਡੀਆਂ ਸਾਰੀਆਂ ਨਿੱਕੀ ਤੇ ਹਨ ਕੋਈ ਨਾ ਕਦੀ ਕਿਸੇ ਦੇ ਢਾਰੀ ਤੇ ਕਦੀ ਮੋਟਰ ਤੇ ਨਾਵਣ ਜਾ ਰਹੀਆਂ ਨੇ ਤੇ ਅੱਜ ਪਰਾਏ ਮੁਰੱਬੇ ਪੀਣ ਤੇ ਝੂਟੇ ਲੈਂਦੀਆਂ ਪੈਣ ਤੇ ਮੈਂ ਰਲਾ ਕੇ ਲੈ ਕੇ ਆਈ ਹਾਂ ਅੱਬੂ ਜੀ ਵੇਖੋ ਇਹ ਕੋਈ ਦੌਰ ਰਹਿ ਗਿਆ ਵੱਧ ਤੋਂ ਬਦਨਾਮ ਬੁਰਾ ਕੋਈ ਤੋਹਮਤ ਲਾ ਦੇਵੇ ਇਹਨਾਂ ਤੇ ਫਿਰ ਅਸਾਂ ਕੀ ਕਰਨਾ ਹੈ ਉਹ ਮੇਰੀ ਧੀਏ ਖੈਰ ਏ ਉਹਨਾਂ ਦੇ ਖੇਡਣ ਦੇ ਦਿਨ ਨੇ ਨਿੱਕੀਆਂ ਨਿੱਕੀਆਂ ਨੇ ਹਲੇ ਬਾਲੜੀਆਂ ਨੇ ਕਿਹੜਾ ਕੁ ਵੱਡੀਆਂ ਹੋ ਗਈਆਂ ਨੇ ਇਹੋ ਹੀ ਉਮਰ ਏ ਮਾਂ ਪਿਓ ਦੇ ਘਰ ਹੱਸਣ ਖੇਡਣ ਦੀ ਫਿਰ ਅੱਗੇ ਜਾ ਕੇ ਪਤਾ ਨਹੀਂ ਉਹਨਾਂ ਦੇ ਕੀ ਨਸੀਬ ਹੋਣੇ ਨੇ ਇਹੀ ਗੱਲਾਂ ਨਾ ਤੁਹਾਡੀਆਂ ਇਸੀ ਵਜ੍ਹਾ ਤੋਂ ਫਰੀ ਹੋ ਗਈਆਂ ਨੇ ਮੇਰੀ ਧੀ ਮੈਂ ਤਾਂ ਘੰਟਾ ਹੋ ਗਿਆ ਨੂੰ ਸਮਝਾਈਂਦੀ ਬੈਠੀ ਹਾਂ ਤੇ ਹੁਣ ਸੁਣ ਲਾ ਧੀ ਦੀਆਂ ਗੱਲਾਂ ਹੁਣ ਧੀ ਨਾਲ ਹੀ ਖੱਪ ਮੇਰੇ ਨਾਲ ਤਾਂ ਘੰਟਾ ਹੋ ਗਿਆ ਤੂੰ ਖੱਪਦਾ ਬੈਠਾ ਹੈ ਸੁਣ ਲਾ ਆਪਣੀਆਂ ਗੱਲਾਂ ਹੁਣ ਬੋੜ ਕੇ ਮਾਰ ਜਾ ਉੱਠੀ ਮੇਰੀ ਧੀ ਇਹਦੇ ਨਾਲ ਤਾਂ ਖੱਪਣਾ ਹੀ ਫਜ਼ੂਲ ਏ ਸ਼ਰਮ ਹਿਆ ਹੈ
ਜਿਸ ਟਾਈਮ ਵਗਦੀਆਂ ਬਾਹਰ ਟੋਰ ਪੰਦੀਆਂ ਜਿਸ ਟਾਈਮ ਸਾਡੀ ਮਾਂ ਜਾਂ ਡੈਣ ਕਦੀ ਵੀ ਨਾ ਖੇਡਾਂ ਦਿੰਦੀ ਸਾਨੂੰ ਵਾਹ ਤੂੰ ਦਾ ਹਾਏ ਅੰਮੀ ਨਾ ਮਾਰੇ ਵਾਹ ਤੂੰ ਦਾ ਹਾਂ ਮਾਂ ਬੰਦ ਦੱਸ ਨਾ ਤੂੰ ਸੰ ਮਾਰੇ ਇਹ ਆਪੀ ਹਾਰੇ ਤੇਰੇ ਕੰਮ ਨੇ ਤਾਂ ਅੰਮਾ ਨੂੰ ਬਚਾਇਆ ਹੈ ਆਪਣੀ ਬਕਵਾਸ ਬੰਦ ਕਰ ਇਹ ਨਾ ਹੋਵੇ ਕਿ ਮੈਂ ਵੀ ਤੈਨੂੰ ਸ਼ੁਰੂ ਹੋ ਜਾਵਾਂ ਕੋਈ ਤਮੀਜ਼ ਹੀ ਰਹੇਗੀ ਅੰਮੀ ਤੇ ਕਿ ਇੰਜ ਭੁਲੀ ਜਾਂਦਾ ਜਿਵੇਂ ਤੁਸੀਂ ਬੋਲ ਰਹੇ ਹੋ ਹਾਂ ਹੁਣ ਤੋਂ ਵੀ ਸ਼ੁਰੂ ਹੋਇਆ ਜਾਗੇ ਘਟ ਹੈ ਵੱਡੀ ਭੈਣ ਬੰਦ ਹੈ ਨਾ ਬਣ ਸਾਡੀ ਸਾਂ ਭਈਆ ਦਾ ਕੋਈ ਨਹੀਂ ਵੱਡੀ ਭੈਣ ਦਾ ਪਾਸ ਨਹੀਂ ਜਿੱਤੇ ਨਹੀਂ ਹਾਂ ਕੀ ਹੋਇਆ ਕੀ ਹੋਇਆ ਹਟ 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 ਪਿੱਛੇ ਤੈਨੂੰ ਮੈਂ ਮਨਾ ਕੀਤਾ ਹੈ ਕਿ ਮੇਰੀਆਂ ਬੱਚੀਆਂ ਨੂੰ ਹੱਥ ਨਾ ਲਾਇਆ ਕਰ ਚੜਾ ਕੇ ਰੱਖੀ ਨਾ ਨੂੰ ਸਿਰ ਤੇ ਹੋਰ ਚੜਾ ਇਹ ਅੱਜ ਤਾਂ ਮੇਰੇ ਅੱਗੂ ਬੁਲਾ ਦੀ ਬਿਨ ਕੱਲ ਤੇਰਾ ਮੂੰਹ ਤੇ ਪੌਲੇ ਮਰੇ ਸੇ ਬਸ ਤੂੰ ਚੁੱਪ ਕਰ ਕੀ ਹੋਇਆ ਅੱਬੂ ਅਸੀਂ ਤੰਮੀ ਦੇ 20 ਰੁਪਏ ਮੰਗਣ ਲੱਗੇ ਸਾਨੂੰ ਮੁਰਿੰਡੇ ਵਾਸਤੇ ਪੈਸੇ ਅੰਮੀ ਕੋਈ ਨਹੀਂ ਦਿੱਤੇ ਓਹੋ ਪੁੱਤਰ ਮੈਂ ਦੇਣਾ ਆਪਣੀਆਂ ਧੀਆਂ ਨੂੰ ਅੱਜ ਤੱਕ ਅੰਮੀ ਲਿੱਤਰ ਮਾਰੇ ਮੈਂ ਹੁਣ ਲਿੱਤਰ ਤੇਰੇ ਸਿਰ 'ਚ ਮਾਰਸਾਂ ਸਮਝੀਏ ਕਿ ਨਹੀਂ ਲੈ ਲੈ ਮੇਰਾ ਪੁੱਤਰ ਜਾ ਮੇਰਾ ਪੁੱਤਰ ਮੇਰੇ ਵਾਲੇ ਸੁਭਾਏ 1000 ਰੁਪਏ ਨਹੀਂ ਦਿੱਤੇ ਮੰਗ ਮੰਗ ਕੇ ਮੁਰਿੰਡਾ ਖਾਣਾ ਜਾ ਦੁਕਾਨ ਤੋਂ ਲੈ ਲੋ ਜਾ ਮੇਰਾ ਪੁੱਤਰ ਜਾ ਕਾ ਮੇਰਾ ਪੁੱਤਰ ਮੇਰੇ ਖਾਣਾ ਆਪਣੀਆਂ ਖੁਸ਼ੀਆਂ ਵੇਖਣੀਆਂ ਮੈਂ ਤੇ ਕੰਮ ਨਹੀਂ ਕਰਦੀ ਤੁਸੀਂ ਚੰਗਾ ਨਹੀਂ ਕਰ ਰਹੇ ਹੋਏ ਪੁੱਤਰ ਮੈਨੂੰ ਤੇਰੇ ਤੇ ਵੀ ਮਾਣ ਹੈ ਕਿ ਤੂੰ ਮੇਰੀ ਚੰਗੀ ਧੀ ਹੈ ਉਹ ਤੇ ਲਾਡਲੀਆਂ ਨੇ ਉਹ ਤੇ ਮਾਸੂਮ ਨੇ ਇਸ ਲਈ ਮੈਂ ਉਹਨਾਂ ਦੇ ਲਾਡ ਵੇਖਣਾ ਵਾਂ ਧੀਏ ਤੇਰਾ ਵੀ ਕੋਈ ਲਾਡ ਹੈ ਤੇ ਮੈਂ ਕਦੀ ਪੂਰਾ ਨਹੀਂ ਕੀਤਾ ਤੇਰੇ ਨਾਲ ਵੀ ਤੇ ਮੈਂ ਪਿਆਰ ਉਨਾ ਹੀ ਕਰਨਾ ਜਿੰਨਾ ਉਹਨਾਂ ਨਾਲ ਕਰਨਾ ਵਾਂ ਮੈਂ ਕੋਈ ਫਰਕ ਨਹੀਂ ਰੱਖਦਾ ਤੇ ਤੂੰ ਮੇਰੀ ਗੱਲ ਸੁਣ ਲੈ ਤੂੰ ਇਹ ਫਰਕ ਨਾ ਪਾਇਆ ਕਰ ਕਿ ਇਸ ਧੀ ਨੂੰ ਤੂੰ ਬਹੁਤਾ ਪਿਆਰ ਕਰਨੀ ਹੈ ਤੇ ਉਹਨਾਂ ਨੂੰ ਨਹੀਂ ਕਰਦੀ ਉਹ ਵੀ ਤੇਰੀਆਂ ਧੀਆਂ ਨੇ ਮੈਂ ਮਾਂ ਹਾਂ ਭਈ ਮੈਂ ਉਹਨਾਂ ਨੂੰ ਸਮਝਾਈ ਨਹੀਂ ਆ ਕੋਈ ਕੱਲ ਨੂੰ ਕੋਈ ਐਸ ਉੱਚੀ ਨੀਚੀ ਗੱਲ ਹੋ ਹੀ ਵੈਂਦੀ ਹੈ ਤਾਂ ਮੈਂ ਕੱਲ ਨੂੰ ਮੁਕਾਲਾ ਮੇਰਾ ਹੋਣਾ ਹੈ ਮਾਂ ਦਾ ਮੁਕਾਲਾ ਹੋਣਾ ਕਿ ਮਾਂ ਘਰ ਹੈ ਛਾਈ ਤੇ ਧੀਆਂ ਨੂੰ ਸਮਝਾ ਨਹੀਂ ਸਕਦੀ ਅੱਛਾ ਕੁਝ ਵੀ ਨਹੀਂ ਹੁੰਦਾ ਐਵੇਂ ਡਰਦੀ ਨਾ ਰਿਆ ਕਰ ਡਰਦੀ ਨਾ ਰਿਆ ਕਰ ਤੈਨੂੰ ਪਤਾ ਹੈ ਅੱਜ ਦਾ ਦੌਰ ਕਿੰਨਾ ਖਰਾਬ ਜਾਂਦਾ ਪਈ ਹੈ ਕੋਈ ਨਹੀਂ ਦੌਰ ਠੀਕ ਹੈ ਅਸੀਂ ਵੀ ਠੀਕ ਹਾਂ ਅੱਬੂ ਜੀ ਮੈਂ ਇਹ ਨਹੀਂ ਕਹਿੰਦੀ ਤੁਸੀਂ ਆਪਣੀ ਧੀਆਂ ਨੂੰ ਪਿਆਰ ਨਾ ਕਰੋ ਤੁਸੀਂ ਪਿਆਰ ਕਰਦੇ ਹੋ ਨਜਾਇਜ਼ ਪਿਆਰ ਕਰਦੇ ਹੋ ਇਹ ਨਜਾਇਜ਼ ਪਿਆਰ ਇਹ ਵਿਗਾੜ ਰਿਹਾ ਉਹਨੂੰ ਨਹੀਂ ਪੁੱਤਰ ਵਿਗਾੜ ਨਹੀਂ ਰਿਹਾ ਮੈਂ ਪਿਓ ਹਾਂ ਮੈਂ ਤੁਹਾਡਾ ਤੇਰਾ ਵੀ ਪਿਓ ਹਾਂ ਉਹਨਾਂ ਦਾ ਵੀ ਪਿਓ ਹਾਂ ਮੈਂ ਤੇ ਤੇਰੇ ਵੀ ਲਾਡ ਵੇਖੇ ਨੇ ਤੈਨੂੰ ਵੀ ਹੱਥੀ ਖਡਾਇਆ ਤੈਨੂੰ ਵੀ ਮੋਢਿਆਂ ਤੇ ਲਿਜਾ ਕੇ ਇਹਨੂੰ ਚੀਜ਼ਾਂ ਨਹੀਂ ਦਵਾਉਂਦਾ ਸਾਂ ਮੈਂ ਫੇਰੀਆ ਲਾਉਂਦਾ ਸੀ ਨਾ ਜਦੋਂ ਥੇ 'ਚ ਤੇ ਮੈਂ ਤੈਨੂੰ ਇੱਥੇ ਬਿਠਾਇਆ ਹੁੰਦਾ ਸੀ ਤੂੰ ਵੀ ਕਹਿੰਦੇ ਅੱਬੂ ਉਹ ਲੈਣਾ ਅੱਬੂ ਉਹ ਲੈਣਾ ਮੈਂ ਤੇਰੇ ਵੀ ਲਾਡ ਇੰਜ ਵੇਖੇ ਨੇ ਮੈਂ ਉਹਨਾਂ ਦੇ ਵੀ ਲਾਡ ਇੰਜ ਵੇਖਣੇ ਨੇ ਚੱਲ ਇਹਨਾਂ ਨਾਲ ਤਾਂ ਖੱਪਣਾ ਹੀ ਫਜ਼ੂਲ ਏ ਅੱਛਾ ਬਈ ਜਾਓ ਬਈ ਤੁਸੀਂ ਨਾ ਸੁਣੋ ਮੇਰੀ ਗੱਲ ਕੀ ਸੁਣੀ ਰੱਖੀਏ ਰੋਜ਼ ਸ਼ਾਮ ਸਵੇਰੇ ਤਾਂ ਇਹੋ ਤਾਂ ਪਿਟੋਕਾ ਪੀਆ ਰਾਂਦਾ ਹੈ ਅੱਛਾ ਬਈ ਠੀਕ ਹੈ ਬਈ ਤੁਸੀਂ ਮਾਵਾਂ ਧੀਆਂ ਠੀਕ ਹੋ ਮੈਂ ਹੀ ਗਲਤ ਹਾਂ ਬਈ ਓਏ ਆ ਗੁਲਾਮ ਰਸੂਲ ਕੀ ਹਾਲ ਠੀਕ ਤੂੰ ਸੁਣਾ ਸ਼ੁਕਰ ਹੈ ਤੇ ਕਿਤੇ ਜਾਂਦਾ ਪਿਆ ਯਾਰ ਮੈਂ ਬਸ ਗਰਮੀ ਜੀ ਹੋਈ ਹੈ ਸਿਹਤ ਜਾ ਤੇ ਮੈਂ ਕਿਹਾ ਚਲੋ ਜਾਣਾ ਮੋਟਰ ਤੇ ਨਾ ਆਇਆ ਤੂੰ ਕਿਤੇ ਜਾਉਂ ਮੈਂ ਇੱਥੇ ਇੱਕ ਸ਼ਿਕਾਰ ਤੇ ਵਧੋ ਆ ਕਿਹੜਾ ਸ਼ਿਕਾਰ ਆ ਗੁੱਡੂ ਨਹੀਂ ਹਾਂ ਹੁੰਦੀਆਂ ਦੋਵੇਂ ਛੋਰੀ ਨਹੀਂ ਬੜੀਆਂ ਸੋਹਣੀਆਂ ਇੰਨੀ ਤੇ ਬਾਹਰ ਆਉਂਦੀਆਂ ਜਾਂਦੀਆਂ ਤੇ ਬੜੀ ਲੈਫਟ ਸ਼ਿਫਟ ਕਰਵਾਉਂਦੀਆਂ ਇੰਨੀ ਫਿਰ ਇਹ ਗਲਤ ਕੰਮ ਹੀ ਰਹਿ ਸਾਰੀ ਜ਼ਿੰਦਗੀ ਵਸੀਮ ਕੋਈ ਚੰਗਾ ਕੰਮ ਹੀ ਕਰ ਲਿਆ ਕਰ ਹਲਾ ਜਾ ਜਾ ਤੂੰ ਨਾ ਆ ਦੇ ਸਮਝਾ ਨਹੀਂ ਖਲੋ ਇਨਾ ਕੰਮਾ ਤੂੰ ਐਡਾ ਆਇਆ ਵੱਡਾ ਐ ਛੋੜ ਤੂੰ ਮੈਨੂੰ ਇਹ ਦੱਸ ਤੂੰ ਇੱਥੇ ਕਿਉਂ ਖਲੋਤੋ ਆ ਜੇ ਲੈ ਵੀ ਅਸੀਂ ਇੱਥੋਂ ਲੱਗਦੀਆਂ ਤੂੰ ਇਸ ਮੁੰਡ ਨਾਲ ਹੀ ਖਲੋਤੋ ਹੁੰਦਾ ਤੂੰ ਤਾਂ ਮੈਨੂੰ ਪਹਿਲੇ ਇਹ ਦੱਸ ਕਿਉਂ ਖਲੋਤੋ ਆ ਤੈਨੂੰ ਕੰਮ ਕੋਈ ਨਹੀਂ ਹੁੰਦਾ ਤੂੰ ਵੇਲਾ ਮੈਂ ਤੁਹਾਡੇ ਵਾਸਤੇ ਖਲੋਨਾ ਸਾਡੇ ਵਾਸਤੇ ਕਿਉਂ ਤੁਹਾਡਾ ਮੂੰਹ ਵੇਖਣ ਵਾਸਤੇ ਸਾਡੇ ਮੂੰਹ ਤੇ ਕੀ ਮੱਖੀ ਲੱਗੋ ਆ ਤੁਹਾਡੇ ਮੂੰਹ ਤੇ ਮੱਖੀ ਨਹੀਂ ਲੱਗੋ ਆ ਬਹੁ ਕੋਝ ਲੱਗੋ ਆ ਅੱਲਾ ਨਹੀਂ ਸਲਮਾ ਵੇਖ ਮੇਰੇ ਮੂੰਹ ਤੇ ਕੀ ਲੱਗੋ ਆ ਨਹੀਂ ਕੋਈ ਚੀਜ਼ ਕਿ ਮੇਰੇ ਮੂੰਹ ਤੇ ਲੱਗ ਰਹੀ ਕਸ਼ ਕੋਈ ਸ਼ਾਇ ਵੀ ਨਹੀਂ ਲੱਗੀ ਹੋਈ ਤੂੰ ਅੰਨਾ ਤਾਂ ਨਹੀਂ ਸਾਡੇ ਮੂੰਹ ਤੇ ਤਾਂ ਕਸ਼ਾ ਕੋ ਨਹੀਂ ਜਿਹੜੇ ਕਸ਼ਾ ਲੱਗੀ ਹੋਈ ਅੱਛਾ ਇਹ ਦੱਸੋ ਤੇ 10000 ਰੁਪਏ ਲੈ ਕੇ ਤੇ ਕਿਧਰ ਜਾਓ ਮਰੂੰਡਾ ਲੈਣ ਜਾਓ ਅੱਬੇ 10000 ਰੁਪਏ ਦਿੱਤੇ ਨਾ ਅਸੀਂ ਮਰੂੰਡਾ ਖਾਣਾ ਹੈ ਹੱਟੀ ਤੇ ਜਾਣਗੀਆਂ ਪਈਆਂ ਹੱਟੀ ਤੇ ਗੱਲ ਸੁਣ ਮੇਰੀ ਹਾਂ ਤੁਹਾਨੂੰ ਮੈਂ 100-100 ਰੁਪਏ ਦੇਵਾਂ 100-100 ਮੈਂ ਤਾਂ 100 ਦਾ ਨੋਟ ਵੇਖ ਕੇ ਕੋ ਨਹੀਂ ਜਲਦੀ ਜਲਦੀ ਵੀ ਐਡੀਆਂ ਵੱਡੀਆਂ ਵੱਡੀਆਂ 10-10 ਰੁਪਏ ਦੀ ਸ਼ਾਇ ਲੈਣ ਲੱਗੀਆਂ ਸ਼ਰਮ ਆਉਂਦਾ ਤੁਹਾਨੂੰ ਮੈਂ 100-100 ਰੁਪਏ ਦੇਣਾ ਤੇ 100-100 ਦੀ ਜਾ ਕੇ ਸ਼ਾਇ ਲਓ ਆ ਨਾ ਤੂੰ 20 ਰੁਪਏ ਤੇ 1300 ਵੀ
रिमशा पुत्र जी अबू जी मां किथे गई आ मां मेरी और किथे जावना मेरी मां ते दियां दे पीछे भाज भाज के ना थक गई है उनां नु लभण गई होई है कितनी देर होगी शहर लवण गई है ते हुणे तक नहीं आईया ते अबू जी तुसी भी कुछ वेख लिया करो ठीक है कोई लियावण दी शह होंदी है ना ते तुसी आप ही लेके दे दित्ता करो उनां नु घरों बाहर ना निकलन दित्ता करो अबू जी मैं तुहानू कह रही हां तुसी अगे बहुत औखा होना रिमशा दी मैं तेरा पियो हां ते पियोवां नु इंज समझाईदा नहीं है तू ते तेरी मां दोवें हथ धो के ओदे पिछे पई होईयां निक्कियां निक्कियां दे समझिए के नहीं ते पियोवां नू समझाण लग्गिया ना थोड़ा जिहा सोचीदा हुंदा है मैं देख लांगा आप मेरियां धीआं ने ना आ जाणगियां मैं टेंशन ना लिया करो आ गई मम्मी ते ओ दोवें कित्थे ने की होया मेरी दी मैनू तां कोई नहीं लभियां मैं तां चारे हटियां दे चक्कर ला के आईयां कहे हट्टी तां कोई ना ते ओ जिहड़ी नुक्कर ते दीनदारां दी दुकान है उस ते वी वेख के आईयां उत्थे वी कोई ना ਕਿੱਥੇ ਚਲੀ ਗਈਆਂ ਨੇ ਮੈਨੂੰ ਕੀ ਪਤਾ ਕਿਹੜੇ ਪਾਸੇ ਗਈਆਂ ਆਪਣਾ ਇੱਥੇ ਆਇਆ ਨਾ ਸਾਰਾ ਜੀ ਅਬੂ ਬੈਣ ਕਿੱਥੇ ਅਬੂ ਜੀ ਉਹ ਘਰ ਕੋ ਨਹੀਂ ਆਈ ਨਹੀਂ ਹਾਂ ਮੇਰਾ ਵੀ 100 ਰੁਪਇਆ ਲੈ ਕੇ ਭੱਗ ਗਈ ਹੋਣੀ ਹੈ 100 ਰੁਪਇਆ 100 ਰੁਪਇਆ ਕੀ ਮਤਲਬ ਹੈ ਤੇਰਾ ਅਬੂ ਜੀ ਅਸੀਂ ਦੁਕਾਨ ਤੇ ਸ਼ਾਇ ਲੈਣ ਵਗੀਆਂ ਮਿਲੀਆਂ ਸੀ ਨਾ ਤੇਰਾ ਵਿੱਚ ਉਹ ਰਾਣਿਆਂ ਦਾ ਜਿਹੜਾ ਛੋੜ ਨਹੀਂ ਉਹ ਸਾਨੂੰ ਟੱਕਰੇ ਆਈ ਅਬੂ ਜੀ ਮੈਨੂੰ ਬੜੀ ਘਬਰਾਹਟ ਹੋਈ ਕੋਈ ਗਲਤ ਨਾ ਹੋ ਗਿਆ ਹੋਵੇ ਪੁੱਤਰ ਤੂੰ ਚੱਲ ਆ ਦੱਸ ਮੈਨੂੰ ਛੋਰ ਕਿੱਥੇ ਖਲੋਤਾ ਸੀ ਅਬੂ ਜੀ ਮੈਂ ਤੁਹਾਨੂੰ ਵਖਿੰਦੀ ਆ ਆ ਮੇਰਾ ਪੁੱਤਰ ਆ ਮੇਰਾ ਪੁੱਤਰ ਸ਼ਾਬ ਆ ਮੇਰੇ ਨਾਲ अस्सलाम वालेकुम जी मैं और रिमशा हुसैन कैसे हैं आप सब लोग उम्मीद करती हूँ कि आप सब लोग खैरियत से होंगे देखें आज फिर हम एक आपके लिए एक छोटी सी स्टोरी लेकर आए हैं शॉर्ट लेकिन मैसेज बहुत बड़ा है ये उन लोगों के लिए है उन वालदैन के लिए है जो अपने बच्चों की केयर नहीं करते हैं लापरवाही करते हैं और अपने नाजायज़ प्यार में अपने बच्चों को बिगाड़ देते हैं देखें ख़ास तौर पर वालदैन को ये जो उम्र होती है टीनेज की इस उम्र में ख़ास तौर पर वालदैन को अपने बच्चों पर तवज्जो देनी चाहिए देखिए बेटियों को तो इस तरह से प्यार में बिगाड़ना नहीं चाहिए और ना ही उन्हें इतना यानी कि इजाज़त दें इतनी खुली छूट दें कि वो बाहर आना जाना उनका लगा रहे क्योंकि आजकल का वो दौर नहीं रह गया वो ज़माना नहीं रह गया तो वालदैन की ये जिम्मेदारी बनती है कि वो अपने बच्चों की केयर करें उन पर तवज्जो दें उन पर नज़र रखें और ये हमने आपको इसलिए दिखाया है कि अगर यानी कि आप वालदैन इस तरह से लापरवाही करते हैं तो इस तरह से भी प्रॉब्लम्स क्रिएट हो सकती है इस तरह के मसाइल आपको देखने पड़ सकते हैं तो प्लीज़ आप लोगों ने इन चीज़ों पर ध्यान रखें छोटी छोटी बातें जो आप इग्नोर कर देते हैं इनसे बहुत बड़ी प्रॉब्लम्स होती है जो आप बाद में फेस करते हैं तो ये चीज़ आप पहले ही इन चीज़ों को आप समझ लें इन पर यानी कि तवज्जो दें दूसरा आप यानी कि देख रहे हैं न्यूज़ वगैरह में जो हमारे मुल्क के हालात चल रहे हैं
देखिए इमरान खान जो है अपने मुल्क के लिए यानी कि कदम उठाया, उसने जो कुछ भी करा है अपने यानी कि पाकिस्तान के लिए कर रहा है, तो हमें चाहिए, हम पाकिस्तान होने के नाते हमारा फ़र्ज़ भी बनता है कि हाँ हम उनका साथ दें, क्योंकि उन्होंने हमें यानी कि एक स्टैंड लिया है अपने मुल्क के लिए लिया है। तो ज़ाहिर है ये मुल्क सिर्फ उनका नहीं, हमारा भी है, हम सबका मुल्क है, हम मुसलमान हैं, पाकिस्तानी हैं। तो जाते जाते इम्पोर्टेड हुकूमत, इम्पोर्टेड हुकूमत, इमरान खान जिंदाबाद, इमरान खान जिंदाबाद, इमरान खान कदम बढ़ाओ, हम तुम्हारे साथ हैं। जाते जाते बॉर्डर टीवी जिंदाबाद, पाकिस्तान।